ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਮਰੀਜ਼ ਕਈ-ਕਈ ਸਾਲਾਂ ਤੋਂ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਐ ਦਵਾਈਆਂ ਖਾ ਕੇ ਹੋਰ ਸਰੀਰ ਨੂੰ ਖਰਾਬ ਕਰ ਰਹੇ ਐ ਠੀਕ ਨਹੀਂ ਹੋ ਰਹੇ ਅੱਕ ਤੇ ਥੱਕ ਚੁੱਕੇ ਐ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਜਿਹੜਾ ਦਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਤਹਿਸੀਲ ਲਹਿਰਾਗਾਗਾ ਬੁੜਲਾਡਾ ਸ਼ਹਿਰ ਸੁਨਾਮ ਸ਼ਹਿਰ ਬਰੇਟਾ ਸ਼ਹਿਰ ਇਹ ਸ਼ਹਿਰ ਨੇੜੇ ਨੇ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਸੋ ਦੂਸਰੇ ਨੰਬਰ ਤੇ ਸਾਡੇ ਪਿੰਡ ਦੇ ਕੁਝ ਕੁ ਸ਼ਰਾਰਤੀ ਲੋਕ ਵੀ ਨੇ ਜਿਹੜੇ ਐਤਵਾਰ ਨੂੰ ਮਰੀਜ਼ਾਂ ਨੂੰ ਗਲਤ ਗਾਈਡ ਕਰ ਦਿੰਦੇ ਆ ਵੀ ਉੱਥੇ ਦਵਾਈ ਲੈਣ ਦਾ ਕੋਈ ਫਾਇਦਾ ਨਹੀਂ ਉਹਨਾਂ ਦੀ ਦਵਾਈ ਨਾਲ ਕੋਈ ਠੀਕ ਨਹੀਂ ਹੁੰਦਾ ਉੱਥੇ ਤਾਂ ਦਵਾਈ ਗਲਤ ਦਿੰਦੇ ਆ ਇਦਾਂ ਦੀਆਂ ਗਲਤ ਗੱਲਾਂ ਸਾਡੇ ਬਾਰੇ ਜਾਂ ਸਾਡੇ ਦਵਾਖਾਨੇ ਨੂੰ ਬਦਨਾਮ ਕਰਨ ਵਾਸਤੇ ਕਰਦੇ ਆ ਇਹੋ ਜਿਹੇ ਲੋਕਾਂ ਤੋਂ ਜ਼ਰੂਰ ਸੁਚੇਤ ਰਹਿਣਾ ਆਪਾਂ ਨੇ ਸੋ ਹਰ ਐਤਵਾਰ ਨੂੰ ਡਸਕੇ ਪਿੰਡ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ। ਸੋ ਅੱਜ ਜਿਸ ਵਿਸ਼ੇ ਦੇ ਸੰਬੰਧ ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਅੱਖਾਂ ਸੰਬੰਧੀ ਰੋਗ। ਸਾਡੇ ਸਿਆਣਿਆਂ ਦੀ ਕਹਾਵਤ ਹੈ ਵੀ ਅੱਖ ਗਈ ਜਹਾਨ ਗਿਆ, ਦੰਦ ਗਏ ਸਵਾਦ ਗਿਆ। ਦੰਦਾਂ ਤੇ ਵੀ ਆਪਾਂ ਆਉਣ ਵਾਲੇ ਸਮੇਂ ਚ ਮੈਂ ਪਹਿਲਾਂ ਵੀ ਵੀਡੀਓ ਪਾਈਆਂ ਹੋਈਆਂ ਨੇ ਇੱਕ ਦੋ ਆਪਾਂ ਹੋਰ ਅੱਗੇ ਲੈ ਕੇ ਆਵਾਂਗੇ। ਅੱਖ ਜਿਹੜਾ ਸਾਡੀ ਜ਼ਿੰਦਗੀ ਦਾ ਸਾਰਿਆਂ ਨਾਲੋਂ ਅਹਿਮ ਰੋਲ ਹੈ। ਜਿਹਦੇ ਸਿਰ ਤੇ ਅਸੀਂ ਇਸ ਜਹਾਨ ਨੂੰ ਦੇਖਦੇ ਆ ਕਰਤੇ ਦੀ ਕੁਦਰਤ ਨੂੰ ਦੇਖਦੇ ਆ ਇਹਦੇ ਵਿੱਚ ਕਈ ਤਰ੍ਹਾਂ ਦੇ ਰੋਗ ਆ ਜਾਂਦੇ ਆ ਸਾਡੀ ਨਲੈਕੀ ਕਰਕੇ ਸਾਡੇ ਖਾਣ ਪੀਣ ਦੇ ਗਲਤ ਟੰਗਾ ਕਰਕੇ ਸਾਡੀਆਂ ਖਾਣ ਚੀਜ਼ ਦੀਆਂ ਚੀਜ਼ਾਂ ਵਧੀਆ ਨਾ ਹੋਣ ਕਰਕੇ ਇਹ ਰੋਗ ਆਉਂਦੇ ਆ ਵਾਤ ਪਿੱਤ ਕਫ ਤਿੰਨ ਜਦੋਂ ਵਿਗੜਦੇ ਆ ਉਦੋਂ ਇਹ ਦਿੱਕਤ ਆਉਂਦੀ ਆ ਜਿਆਦਾ ਬਲਗਮ ਵਿਗੜੇ ਤਾਂ ਅੱਖਾਂ ਦੇ ਵਿੱਚ ਜਿਆਦੇ ਰੋਗ ਆਉਂਦੇ ਆ ਕੰਨ ਨੱਕ ਗਲਾ ਅੱਖਾਂ ਇਹਨਾਂ ਨੂੰ ਜਿਆਦਾ ਕਵਰ ਕਰਦੀ ਆ ਬਲਗਮ ਹੋਰ ਕਈ ਕਾਰਨ ਹੁੰਦੇ ਆ ਅੱਖਾਂ ਨੂੰ ਖਰਾਬ ਹੋਣ ਦੇ ਸੋ ਅੱਖ ਦਾ ਕੋਈ ਵੀ ਰੋਗ ਹੈ ਜਿਵੇਂ ਅੱਖ ਦੇ ਵਿੱਚ ਲਾਲੀ ਹੈ ਅੱਖ ਦੇ ਵਿੱਚ ਜਿਆਦਾ ਦਰਦਾਂ ਹੁੰਦੀਆਂ ਨੇ ਅੱਖਾਂ ਆ ਜਾਂਦੀਆਂ ਨੇ ਅੱਖ ਦੇ ਵਿੱਚ ਗਿੱਡ ਜਿਆਦੇ ਹੈ ਅੱਖਾਂ ਚੋਂ ਪਾਣੀ ਵਗਦਾ ਰਹਿੰਦਾ ਬੰਦ ਨਹੀਂ ਹੁੰਦਾ ਇਸੇ ਤਰ੍ਹਾਂ ਚਿੱਟਾ ਮੋਤੀ ਹੈ ਕਾਲਾ ਮੋਤੀ ਹੈ ਅੱਖਾਂ ਦੀਆਂ ਝਿੱਲੀਆਂ ਠੀਕ ਨਹੀਂ ਹੈਗੀਆਂ ਅੰਦਰ ਪੜਦਾ ਠੀਕ ਨਹੀਂ ਹੈਗਾ ਸੁਰਾਖ ਹੈ ਜਿੰਨੀਆਂ ਵੀ ਅੱਖ ਦੇ ਰੋਗ ਨੇ ਉਹਨਾਂ ਨੂੰ ਕੁਦਰਤੀ ਤੌਰ ਤੇ ਪਰਮਾਤਮਾ ਦੀ ਕੁਦਰਤ ਦੇ ਵਿੱਚ ਬਣੀਆਂ ਹੋਈਆਂ ਜੜੀ ਬੂਟੀਆਂ ਦੇ ਨਾਲ ਪਾਉਣ ਤੇ ਖਾਣ ਵਾਲੀਆਂ ਦਵਾਈਆਂ ਦੇ ਨਾਲ ਤੁਸੀਂ ਗਰੰਟੀ ਦੇ ਨਾਲ ਘਰ ਬੈਠੇ ਵੀ 3 ਮਹੀਨਿਆਂ ਦੇ ਵਿੱਚ ਸਾਰੀਆਂ ਅੱਖ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਮੈਂ ਗਰੰਟੀ ਸਟਾਮ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ ਇਹ ਨੁਕਤੇ ਨੂੰ ਤੁਸੀਂ ਵਰਤਿਓ ਤੁਹਾਨੂੰ ਅੱਖ ਦਾ ਕੋਈ ਰੋਗ ਆ ਜਾਏ ਤਾਂ ਮੈਨੂੰ ਆ ਕੇ ਫੜ ਸਕਦੇ ਹੋ ਅੱਖ ਸਬੰਧੀ ਐਣਕਾ ਜਿੰਨੇ ਮਰਜ਼ੀ ਨੰਬਰ ਦੀਆਂ ਲੱਕੀਆਂ ਉਹ ਇਸ ਨੁਕਤੇ ਨਾਲ ਲੈ ਜਾਣੀ। ਸੋ ਜਿਹੜੀ ਪਾਉਣ ਵਾਲੀ ਦਵਾਈ ਬਣਾਉਣੀ ਹੈ ਉਹ ਨੋਟ ਕਰ ਲਓ। 50 50 ਗ੍ਰਾਮ ਲੈ ਲਓ ਸਾਰੀਆਂ ਚੀਜ਼ਾਂ। ਸੰਤਰੇ ਦਾ ਜਿਹੜਾ ਛਿਲਕਾ ਹੁੰਦਾ ਇੱਕ ਕਿਨੂ ਹੁੰਦਾ ਇੱਕ ਸੰਤਰਾ ਹੁੰਦਾ। ਸੰਤਰੇ ਦਾ ਛਿਲਕਾ ਲੈ ਕੇ ਜਿਹੜਾ ਸੰਤਰੇ ਦੇ ਉੱਪਰ ਫਾੜੀਆਂ ਦੇ ਉੱਪਰ ਸੰਤਰਾ ਹੁੰਦਾ ਉਹਦੇ ਛਿਲਕੇ ਦਾ ਰਸ 50 ਗ੍ਰਾਮ ਲੈ ਲਓ। ਜਾਂ ਤੁਸੀਂ ਜੇ ਜ਼ਿਆਦਾ ਦਵਾਈ ਬਣਾਉਣੀ ਹੈ ਤਾਂ 50 ਐਮ ਐਮ 50 ਐਮ ਐਲ ਲੈ ਲਓ ਸਾਰੀਆਂ ਚੀਜ਼ਾਂ ਨਹੀਂ ਤਾਂ ਤੁਸੀਂ 50 50 ਗ੍ਰਾਮ weight ਦੇ ਹਿਸਾਬ ਨਾਲ ਵੀ ਲੈ ਸਕਦੇ ਹੋ ਮਿਣਕੇ ਲੈਣੀ ਹੈ ਕੋਈ ਚੀਜ਼ ਤਾਂ 5-5 ਚਮਚੇ ਬਲਕਿ 5 ਚਮਚੇ ਸੰਤਰੇ ਦੇ ਰਸ ਦੇ ਪਾ ਲਓ 5 ਚਮਚੇ ਚਿੱਟੇ ਗੰਡੇ ਦੇ ਰਸ ਦੇ ਪਾ ਲਓ 5 ਚਮਚੇ ਨਿੰਬੂ ਦੇ ਰਸ ਦੇ ਪਾ ਲਓ ਨੇਂਬੂ ਆ ਜਿਹੜਾ ਬੇਦਾਣਾ ਨਿੰਬੂ ਆਉਂਦਾ ਇੱਕ ਕਾਗਜੀ ਨਿੰਬੂ ਉਹਦਾ ਰਸ ਲੈਣਾ ਕਾਗਜੀ ਨਿੰਬੂ ਦੇ ਰਸ ਦਾ ਰਸ 5 ਚਮਚੇ ਗੰਡੇ ਚਿੱਟੇ ਦਾ ਰਸ ਬਲਕਿ ਇੱਕ ਜਿੰਨਾ ਹੋਵੇ ਜ਼ਰੂਰੀ ਨਹੀਂ ਵੀ 5 ਚਮਚੇ ਜਾਂ 6 ਚਮਚੇ ਇੱਕੋ ਜਿੰਨੀ ਮਾਤਰਾ ਰੱਖਣੀ ਹੈ ਸਾਰੇ ਰਸਾਂ ਦੀ ਚਿੱਟੇ ਗੰਡੇ ਦਾ ਰਸ ਹੈ ਜਿਹੜਾ ਉਹ ਲੈਣਾ ਤੁਸੀਂ 5 ਚਮਚੇ ਮੈਂ 50-50 ਗ੍ਰਾਮ ਕਹੂੰਗਾ ਉਹ ਤੁਸੀਂ ਆਪਦੇ ਹਿਸਾਬ ਨਾਲ ਕੋਈ ਚੀਜ਼ ਮਿਲਣ ਵਾਲੀ ਚੀਜ਼ ਹੈਗੀਏ ਤੁਹਾਡੇ ਕੋਲੇ ਉਸ ਹਿਸਾਬ ਨਾਲ ਇੱਕੋ ਜਿੰਨਾ ਲੈਣਾ ਸਾਰਾ ਰਸ ਚਿੱਟੇ ਗੰਡੇ ਦਾ ਰਸ 50 ਗ੍ਰਾਮ ਸ਼ਹਿਦ 50 ਗ੍ਰਾਮ ਨਿੰਬੂ ਬੇਦਾਣਾ ਕਾਗਜੀ ਦਾ ਰਸ 50 ਗ੍ਰਾਮ ਅਦਰਕ ਦਾ ਰਸ 50 ਗ੍ਰਾਮ ਆਮਲਾ ਰਸ ਔਲੇ ਲੈ ਕੇ ਉਹਦਾ ਰਸ ਕੱਢ ਲੈਣਾ ਇਹ 50 ਗ੍ਰਾਮ ਗਊ ਦਾ ਚਿੱਟੀ ਦਾ ਦੇਸੀ ਦਾ ਪਿਸ਼ਾਬ 50 ਗ੍ਰਾਮ ਸੰਤਰੇ ਦੇ ਛਿਲਕੇ ਦਾ ਰਸ 50 ਗ੍ਰਾਮ ਨਿੰਬੂ ਦੇ ਪੱਤਿਆਂ ਦਾ ਰਸ ਨੇंबू ਇੱਕ ਤਾਂ ਨਿੰਬੂ ਲੈਣਾ ਇੱਕ ਨਿੰਬੂ ਦੇ ਪੱਤਿਆਂ ਦਾ ਵੀ ਰਸ ਕੱਢਣਾ ਹੈ ਆਪਾਂ ਨੇ ਤੇ ਇੱਕ ਨਿੰਮ ਦੇ ਪੱਤਿਆਂ ਦਾ ਰਸ ਇਹ 50 50 ਗ੍ਰਾਮ ਪੁਦੀਨੇ ਦਾ 7 ਇਹ ਤੁਸੀਂ ਲੈਣਾ ਹੈ 50 ਗ੍ਰਾਮ ਕੇਸਰ ਇਹ ਲੈਣਾ ਤੁਸੀਂ 1 ਗ੍ਰਾਮ ਤੇ ਸਮੁੰਦਰੀ ਝੱਗ ਇਹ ਲੈਣੀ ਹੈ ਤੁਸੀਂ 50 ਗ੍ਰਾਮ ਇਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਮਿਕਸ ਕਰਕੇ ਇਨੂੰ ਤੁਸੀਂ ਛੱਤ ਤੇ ਕੋਠੇ ਤੇ ਧੁੱਪੇ ਰੱਖਣਾ ਹੈ ਇੱਕ ਹਫ਼ਤਾ 7 ਦਿਨ ਧੁੱਪੇ ਰੱਖ ਦੇਣਾ ਹੈ ਰੋਜ਼ ਹਿਲਾਉਣਾ ਇਹਨੂੰ ਤੇ 8ਵੇਂ ਦਿਨ ਫਿਰ ਇਹਨੂੰ ਪੁੰਨ ਲੈਣਾ ਇੱਕ ਵਾਰੀ ਚੰਗੀ ਤਰ੍ਹਾਂ ਕੱਪੜਾ ਛਾਣ ਕਰ ਲੈਣਾ ਪੁੰਨ ਲੈਣਾ ਚੰਗੀ ਤਰ੍ਹਾਂ ਇਹਦੇ ਵਿੱਚ ਕੋਈ ਚੀਜ਼ ਰਵੇ ਨਾ ਉਸ ਤੋਂ ਬਾਅਦ ਇਹਨੂੰ ਸ਼ੀਸ਼ੀ 'ਚ ਭਰ ਕੇ ਰੱਖ ਲਓ ਸਵੇਰੇ ਦੁਪਹਿਰੇ ਤੇ ਸ਼ਾਮ ਤਿੰਨ ਟਾਈਮ ਅੱਖ ਦੇ ਵਿੱਚ ਇਹ ਦਵਾਈ ਪਾਉਣੀ ਹੈ ਦੋ ਬੂੰਦਾ ਇਧਰ ਦੋ ਬੂੰਦਾ ਇਧਰ ਸਵੇਰੇ ਸ਼ਾਮ ਇੱਕ ਅੱਖ ਤੇ ਦੋ ਦੋ ਬੂੰਦਾ ਇਹ ਤਾਂ ਹੈ ਪਾਉਣ ਵਾਲੀ ਦਵਾਈ ਇੱਕ ਹੁਣ ਤੁਸੀਂ ਬਣਾਉਣੀ ਹੈ ਖਾਣ ਵਾਲੀ ਉਹਦੇ ਵਿੱਚ ਤੁਸੀਂ ਲੈਣੀ ਹੈ ਬ੍ਰਹਮੀ 100 ਗ੍ਰਾਮ ਸੰਕਪੁਸ਼ਪੀ 100 ਗ੍ਰਾਮ ਨੇਤਰਬੱਲਾ 100 ਗ੍ਰਾਮ ਵੇਧਾਰੀ 100 ਗ੍ਰਾਮ ਬਦਾਮ 50 ਗ੍ਰਾਮ ਸੌਂਫ 50 ਗ੍ਰਾਮ ਮਿਸ਼ਰੀ 50 ਗ੍ਰਾਮ ਚਾਂਦੀ ਪਸਮ 5 ਗ੍ਰਾਮ ਤੇ ਆਮਲਾ ਇਹ 50 ਗ੍ਰਾਮ ਹਰੜ 50 ਗ੍ਰਾਮ ਨਾਗਰ ਮੋਥਾ 50 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਬਰੀਕ ਪੀਸ ਕੇ ਪਾਊਡਰ ਬਣਾ ਕੇ ਰੱਖ ਲੈਣਾ ਇੱਕ ਚਮਚਾ ਦਵਾਈ ਸਵੇਰੇ ਖਾਲੀ ਪੇਟ ਦੁੱਧ ਦੇ ਨਾਲ ਲੈਣੀ ਹੈ ਗਰਮ ਦੁੱਧ ਕਰਕੇ ਉਹਦੇ ਨਾਲ ਇੱਕ ਚਮਚਾ ਦਵਾਈ ਲੈਣੀ ਹੈ ਸਵੇਰੇ ਖਾਲੀ ਪੇਟ ਤੇ ਇੱਕ ਚਮਚਾ ਦਵਾਈ ਲੈਣੀ ਹੈ ਰਾਤ ਨੂੰ ਸੌਣ ਤੋਂ 2 ਘੰਟੇ ਪਹਿਲਾਂ ਰੋਟੀ ਤੋਂ 1 ਘੰਟਾ ਪਹਿਲਾਂ ਦੁੱਧ ਦੇ ਨਾਲ ਇੱਕ ਚਮਚਾ ਸ਼ਾਮ ਨੂੰ ਰੋਟੀ ਤੋਂ ਪਹਿਲਾਂ ਸਵੇਰੇ ਖਾਲੀ ਪੇਟ ਮੈਂ ਦਾਅਵੇ ਨਾਲ ਗਰੰਟੀ ਨਾਲ ਕਹਿ ਸਕਦਾ ਇਹ ਨੁਕਤੇ ਨੂੰ ਖਾਣ ਵਾਲੇ ਨੂੰ ਤੇ ਅੱਖ ਦੇ ਵਿੱਚ ਪਾਉਣ ਵਾਲੇ ਨੂੰ 3 ਮਹੀਨੇ ਵਰਤ ਲੋ ਜਿੰਨੇ ਮਰਜੀ ਨੰਬਰ ਦੀ ਐਣਕ ਲੱਗੀ ਹੈ ਉਹ ਨਹੀਂ ਰਹੇਗੀ ਜਿੰਨੇ ਮਰਜੀ ਤੁਹਾਡਾ ਕਾਲਾ ਮੋਤੀ ਹੈ ਉਹ ਸਮਾਪਤ ਚਿੱਟਾ ਮੋਤੀ ਹੈ ਉਹ ਸਮਾਪਤ ਜਿੰਨੇ ਮਰਜੀ ਨਿਗਾ ਘਟ ਹੈ ਅੱਖ ਚੋਂ ਪਾਣੀ ਆਉਂਦਾ ਹੈ ਅੱਖ ਲਾਲ ਰਹਿੰਦੀ ਹੈ ਪਰਦੇ ਪਿੱਛੇ ਕਮਜ਼ੋਰ ਨੇ ਨਸਾਂ ਕਮਜ਼ੋਰ ਹੋ ਗਈਆਂ ਨੇ ਅੱਖ ਦੇ ਜਿੰਨੇ ਵੀ ਰੋਗ ਨੇ ਮੈਂ ਗਰੰਟੀ ਨਾਲ ਦਾਅਵੇ ਨਾਲ ਕਹਿ ਸਕਦਾ 3 ਮਹੀਨੇ ਇਸ ਨੁਕਤੇ ਨੂੰ ਵਰਤ ਲੋ ਤੁਹਾਨੂੰ ਅੱਖ ਦਾ ਕੋਈ ਰੋਗ ਨਹੀਂ ਆ ਸਕਦਾ ਜੇ ਹੈਗੇ ਆ ਉਹ ਖਤਮ ਹੋ ਜਾਣਗੇ ਆਪ ਵਰਤੋ ਹੋਰਾਂ ਨੂੰ ਅੱਗੇ ਦੱਸੋ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹਿਲ ਦੇ ਆਧਾਰ ਤੇ ਪਹੁੰਚ ਸਕੇ ਬਾਕੀ ਹਰ ਐਤਵਾਰ ਨੂੰ ਦਸ ਕੇ ਪਿੰਡ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਦਵਾਈ ਦਿੰਨੇ ਆ ਅੱਖ ਦਾ ਕੋਈ ਵੀ ਰੋਗ ਹੈ ਚਿੱਟਾ ਮੋਤੀ ਹੈ ਕਾਲਾ ਮੋਤੀ ਹੈ ਐਣਕਾ ਜਿੰਨੀਆਂ ਮਰਜ਼ੀ ਲੱਗੀਆਂ ਹੋਈਆਂ ਨੇ ਅੱਖ ਚੋਂ ਪਾਣੀ ਨਹੀਂ ਹਟਦਾ ਅੱਖ ਚ ਲਾਲੀ ਰਹਿੰਦੀ ਹੈ ਅੱਖਾਂ ਦੇ ਪਿੱਛੋਂ ਨਿਗਾਹ ਕਮਜ਼ੋਰ ਹੈ ਤੁਹਾਨੂੰ ਅੱਖ ਦਾ ਕੋਈ ਵੀ ਰੋਗ ਹੈ ਗਰੰਟੀ ਦੇ ਨਾਲ ਅਸੀਂ ਇਲਾਜ ਕਰਦੇ ਹਾਂ ਬਿਲਕੁਲ 3 ਮਹੀਨਿਆਂ ਦੇ ਵਿੱਚ ਅੱਖ ਦੇ ਪੂਰੇ ਰੋਗਾਂ ਦਾ ਇਲਾਜ ਹੋ ਜਾਂਦਾ ਹੈ ਤੁਸੀਂ ਹਰ ਐਤਵਾਰ ਨੂੰ ਮਿਲ ਸਕਦੇ ਹੋ ਵੈਸੇ ਤਾਂ ਆਪਾਂ ਹਰ ਐਤਵਾਰ ਨੂੰ ਜ ਕੋਈ ਵੀ ਬਿਮਾਰੀ ਹੈ ਤੁਹਾਨੂੰ ਹਰ ਕ ਦਾ ਇਲਾਜ ਕਰਦੇ ਹਾਂ ਅੱਖ ਦਾ ਕੋਈ ਵੀ ਰੋਗ ਹੈ ਗਰੰਟੀ ਦੇ ਨਾਲ ਇਲਾਜ ਕਰਦੇ ਆਂ ਹਰ ਐਤਵਾਰ ਨੂੰ ਡਸਕੇ ਪਿੰਡ ਦੇ ਵਿੱਚ ਤੁਸੀਂ ਮਿਲ ਕੇ ਮੈਨੂੰ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਨਵਜੇ ਦਿਖਾ ਕੇ ਇਲਾਜ ਕਰਵਾ ਸਕਦੇ ਹੋ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਇਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ